ਸਾਸਤਿਕਾ ਜੀ ਸਾਰਿਆਂ ਨੂੰ ਅੱਜ ਅਸੀਂ ਜਾਣਾ ਸੀ ਦੁਬਈ ਮਾਲ ਤੇ ਬਰਜ ਖਲੀਫਾ ਸਭ ਤੋਂ ਪਹਿਲਾਂ ਤੇ ਅਸੀਂ ਦੁਬਈ ਮਾਲ ਗਏ ਉੱਥੇ ਨਹੀਂ ਸੋਹਣੀ ਸੋਹਣੀ ਲੋਕੇਸ਼ਨਸ ਵੇਖੀਆਂ ਤੇ ਅੱਜ ਦੇ ਅਸੀਂ ਐਸਕੇਲੇਟਰ ਦੇ ਚੜ੍ਹ ਚੜ੍ਹ ਕੇ ਉਤਰ ਉਤਰ ਕੇ ਥੱਕ ਹੀ ਗਏ ਇੰਨੇ ਚੱਕਰ ਆਂਦੇ ਸਨ ਕਦੀ ਉੱਤੇ ਜਾਓ ਕਦੀ ਥੱਲੇ ਜਾਓ ਜਿੱਥੇ ਵੀ ਸਾਨੂੰ ਸੋਹਣੀ ਜੀ ਟੌイズ ਦੀ ਸ਼ਾਪ ਵੇਦੀ ਸੀ ਅਸੀਂ ਉੱਥੇ ਹੀ ਵੜ ਜਾਂਦੇ ਸਾਂ ਲੇਕਿਨ ਰੇਟ ਕੁਝ ਜ਼ਿਆਦਾ ਹੀ ਐਕਸਪੈਂਸਿਵ ਸਨ ਬਹੁਤ ਸੋਹਣੇ ਟੌイズ ਸਨ ਲੇਕਿਨ ਰੇਟ ਤੁਹਾਨੂੰ ਪਤਾ ਹੀ ਜ਼ਿਆਦਾ ਹੀ ਸਨ ਫਿਰ ਅਸੀਂ ਪੂਰਾ ਮੋਲ ਕੁਮਿਆ ਬਹੁਤ ਮਜ਼ਾ ਆਇਆ ਮਤਲਬ ਇਸ ਦੁਨੀਆ ਦਾ ਹਰ ਇੱਕ ਬ੍ਰਾਂਡ ਹੋਏਗਾ ਮੇਰੇ ਸਾਬ ਨਾਲ ਤੇ ਇੰਨੀ ਅਜੀਬ-ਵਜੀਬ ਚੀਜ਼ਾਂ ਸਾਨੂੰ ਉੱਥੇ ਬਹੁਤ ਮਜ਼ਾ ਆਇਆ ਫਿਰ ਫਾਈਨਲੀ ਰਸਤਾ ਸਾਨੂੰ ਲੱਭ ਹੀ ਗਿਆ ਗੁਰਜ ਖਲੀਫਾ ਫਾਉਂਟੇਨ ਸ਼ੋਅ ਦਾ ਉੱਥੇ ਅਸੀਂ ਫਾਉਂਟੇਨ ਜੁਆਇਜ਼ ਇੰਜੋਏ ਕੀਤਾ ਪਹਿਲਾਂ ਤਾਂ ਜਗ੍ਹਾ ਹੀ ਨਹੀਂ ਮਿਲੀ ਲੇਕਿਨ ਬਾਅਦ ਚੋ ਜਗ੍ਹਾ ਐਡਜਸਟ ਵਗੈਰਾ ਕੀਤੀ ਤੇ ਇੰਜੋਏ ਕੀਤਾ ਸ਼ੋਅ ਇੰਨਾ ਵਧੀਆ ਸੀ ਨਮ ਅਸ ਤੋਂ ਬਾਅਦ ਅਸੀਂ ਦੁਬਈ ਐਕੁਏਰੀਅਮ ਗਏ ਉੱਥੇ ਇੰਨੀ ਟਾਈਪ ਦੀ ਫਿਸ਼ਸ ਦੇਖ ਕੇ ਮਜ਼ਾ ਆ ਗਿਆ ਫਿਰ ਭੁੱਖ ਲੱਗ ਗਈ ਅਸੀਂ ਆਪਣਾ ਡਿਨਰ ਕੀਤਾ KFC ਚੋਂ ਫਿਰ ਅਸੀਂ ਹੋਟਲ ਚਲੇ ਗਏ ਬਾਏ ਬਾਏ ਐਂਡ ਗੁੱਡ ਨਾਈਟ